ਹਾਂਜੀ ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਤੋਂ ਫਿਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਮ ਤੋਂ ਖਾਸ ਤੇ ਹੁਣ ਆਪਾਂ ਆਏ ਹਾਂ ਆਪਣੇ ਵੱਡੇ ਭਰਾ, ਅਤੇ ਮੈਂ ਭਰਾ ਕਹਿਲਾਂ, ਮੈਂ ਉਸਤਾਦ ਕਹਿਲਾਂ, ਅਤੇ ਮੈਂ ਜਿਹੜਾ ਮਰਜ਼ੀ ਨਾਂ ਇਹਨਾਂ ਨੂੰ ਦੇ ਸਕਦਾ, ਕਿਉਂਕਿ ਬੜਾ ਪੁਰਾਣਾ ਰਿਲੇਸ਼ਨ ਹੋ ਗਿਆ ਜਦੋਂ ਚੈਨਲ ਸਟਾਰਟ ਕੀਤਾ ਸੀ, ਅਤੇ ਇੱਕ ਨਾਂ ਇਹਨਾਂ ਦਾ ਵੀ ਨਾਲ ਜੁੜਿਆ ਸੀਗਾ, ਬਾਈ ਸੁਖਜਿੰਦਰ ਬਰਾੜ ਦੇ ਨਾਲ ਆਪਾਂ ਖੜ੍ਹੇ ਹਾਂ, ਅਤੇ ਬਹੁਤ ਸੋਹਣੇ ਸੋਹਣੇ ਜਾਨਵਰ ਬਾਈ ਲੈ ਕੇ ਆਇਆ ਇਸ ਵਾਰ ਮੰਡੀ 'ਤੇ, ਘੋੜਾ ਵੀ ਲਿਆ, ਘੋੜੀਆਂ ਵੀ ਲਿਆ, ਬਹੁਤ ਚੰਗੀਆਂ ਚੰਗੀਆਂ ਆਲਾ ਦਰਜੇ ਦੀਆਂ ਘੋੜੀਆਂ ਲਿਆ, ਅਤੇ ਜਿੰਨੀਆਂ ਵੀ ਘੋੜੀਆਂ ਤੁਸੀਂ ਵੇਖ ਰਹੇ ਹੋ ਆਪਦੇ ਫੋਨ ਦੀ ਸਕਰੀਨ 'ਤੇ, ਇਹ ਫੋਰ ਸੇਲ ਨੇ। ਕੋਈ ਵੀ ਘੋੜੀ ਤੁਸੀਂ ਬਾਈ ਨੂੰ, ਬਾਈ ਦਾ ਨੰਬਰ ਮੈਂ ਵਿੱਚ ਬੁਲਾ ਵੀ ਦਿੰਦਾ ਬਾਈ ਕੋਲੋਂ, ਅਤੇ ਬਾਈ ਦਾ ਨੰਬਰ ਵਿੱਚ ਦੇ ਵੀ ਦਿੰਦਾ, ਤੁਸੀਂ ਬਾਈ ਨੂੰ ਫੋਨ ਕਰ ਲਿਓ, ਅਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਪਹਿਲਾਂ ਤਾਂ ਕਿਵੇਂ ਆ? ਧੰਨ ਭਾਗ ਆ ਭਰਾ, ਤੂੰ ਸਾਡੇ ਕੋਲੇ ਆਇਆ, ਪਹਿਲੀ ਗੱਲ ਤਾਂ ਤੇਰੇ ਸਿਰ ਲੰਬਾ ਹੈ ਜੀ, ਇੱਕ ਬੜੇ ਦਿਨਾਂ ਤੇ ਤੁਹਾਡੀ ਵੇਟ ਕਰਦੇ ਸੀਗੇ। ਧੰਨਵਾਦ ਬਾਈ, ਤੂੰ ਟਾਈਮ ਕੱਢ ਕੇ ਮੰਡੀ 'ਚ ਆ ਗਿਆ, ਤੇ ਲੰਬਾ ਵੀ ਆ ਤੁਹਾਡੇ ਵਰਗੇ ਭਰਾਵਾਂ ਦੇ ਕਰਕੇ, ਤਾਂ ਜਿਹੜੇ ਮੇਲੇ ਆ ਜੀ, ਇਹ ਮੰਡੀਆਂ ਹੈਗੀਆਂ, ਯੂਟਿਊਬਰ ਜਿਹੜੇ ਵੀਰ ਹੈ ਜੀ, ਉਹਨਾਂ ਕਰਕੇ ਸੋਹਣੀਆਂ ਲੱਗਦੀਆਂ, ਤੇ ਜੇ ਤੁਸੀਂ ਨਾ ਟਾਈਮ ਸਿਰ ਪਹੁੰਚੋਗੇ ਤਾਂ ਮਾੜੀ ਗੱਲ ਹੈ। ਬਾਈ ਸੌਰੀ ਚਾਹੁੰਦੇ ਹਾਂ, ਕਿਉਂਕਿ ਭੀੜ ਬਹੁਤ ਸੀ ਬਾਈ, ਕੱਲ੍ਹ ਆਏ ਦੇ ਸੀਗੇ, ਪਰ ਅਸੀਂ ਨਾ ਇੱਥੇ ਹੀ, ਸਾਨੂੰ ਮੇਰੇ ਹਿਸਾਬ ਨਾਲ 2-3 ਘੰਟੇ ਲੱਗ ਗਏ, ਤੇ ਇੱਥੋਂ ਫਿਰ ਸਾਨੂੰ ਵਾਪਸ ਮੁੜਨਾ ਪੈ ਗਿਆ, ਫਿਰ ਅਸੀਂ ਉੱਥੇ ਰਹਿ ਪਏ ਪਿੰਡ ਆਪਣੇ, ਤੇ ਚਲੋ ਹੁਣ ਪਹੁੰਚ ਗਏ ਵਾ, ਤੇ ਦੇਰ ਆਏ ਦਰੁਸਤ ਆਏ, ਹੁਣ ਇੰਨੀ ਗੱਲ ਕਹਿ ਕੇ ਨਵੇੜ ਦੀ ਹੈ ਨਾ। ਵੈਲਕਮ ਬਾਈ, ਵੈਲਕਮ, ਥੈਂਕ ਯੂ। ਹੋਰ ਸੁਣਾਓ, ਕਿਵੇਂ ਰਹੀ ਬਾਈ ਮੰਡੀ? ਫਿਰ ਵਧੀਆ, ਕਿਰਪਾ ਮਾਰੀ ਦੀ ਬਾਈ ਜੀ। ਕਿੰਨੇ ਜਾਨਵਰ ਲੈ ਆਏ ਹੋ? ਜਾਨਵਰ ਬਾਈ ਜੀ ਮੈਂ 20 ਲੈ ਕੇ ਆਇਆ ਹੋਊਂਗਾ। 20 ਘੋੜੀਆਂ ਲੈ ਕੇ ਆਏ? ਹਾਂ, ਘੋੜੀਆਂ, ਇੱਕ ਘੋੜਾ ਲੈ ਕੇ ਆਂਦਾ ਹੈ, ਬਾਕੀ ਘੋੜੇ ਆ ਜਿਹੜੇ ਆਪਣੇ ਜਿਵੇਂ ਸੂਰੀਆ ਵੰਸ਼ ਹੈ, ਰਾਜਵੰਸ਼ ਹੈ, ਤੇ ਲਗਭਗ ਵੀ 10-12 ਜਾਨਵਰ ਹੈ, ਉਹ ਲੈ ਕੇ ਨਹੀਂ ਆਇਆ ਇੱਥੇ, ਉਹ ਘਰੇ ਹੀ ਹੈ ਜੀ। ਉਹ ਕਾਹਤੋਂ ਨਹੀਂ ਲੈ ਗਏ ਬਾਈ? ਬਾਈ ਜੀ ਉਹੀ ਠੰਡ ਜ਼ਿਆਦਾ ਹੈ, ਤੇ ਇੱਕ ਜਗ੍ਹਾ ਦੀ ਸਪੇਸ ਘੱਟ ਸੀ, ਕੁਛ ਘੋੜੀਆਂ ਦੇ ਬੱਚੇ ਮਗਰ ਛੋਟੇ ਸੀ, 2-3 ਮਹੀਨਿਆਂ ਦੇ ਬੱਚੇ ਸੀ, ਤੇ ਫਿਰ ਉਹ ਚਾਹੁੰਦੇ ਨਹੀਂ ਵੀ ਰਿਸਕ ਲੱਗੇ ਤਾਂ ਕਰਕੇ। ਇਹ ਬਾਈ ਜਿੱਦਾਂ ਮੈਂ ਬੋਲ ਕੇ ਹਟਿਆ ਸੱਜਣਾ ਨੂੰ ਵੀ ਜਿੰਨੀਆਂ ਘੋੜੀਆਂ ਆਪਾਂ ਦਿਖਾ ਰਹੇ ਹਾਂ ਇਸ ਟਾਈਮ, ਫਿਰ ਦੁਬਾਰਾ ਉਹੀ ਸੀਨ ਚੱਲ ਪਿਆ। ਹਾਂਜੀ, ਇਹਨਾਂ 'ਚੋਂ ਸਾਰੀਆਂ ਹੀ ਸੇਲ ਹੈ? ਹਾਂ, ਸਾਰੀਆਂ ਸੇਲ ਹੈ। ਜੇ ਕਿਸੇ ਭਰਾ ਦਾ ਫੋਨ ਆਵੇ, ਕੋਈ ਵੀ ਘੋੜੀ ਬਾਰੇ ਤੁਹਾਡੇ ਨਾਲ ਗੱਲਬਾਤ ਕਰ ਸਕਦਾ, ਕਰ ਸਕਦਾ ਬਾਈ ਜੀ ਬਿਲਕੁਲ। ਤੇ ਸੱਜਣੋ ਤੁਸੀਂ ਇੱਕ ਵਾਰੀ ਫੋਨ ਚੱਕੋ ਤੇ ਬਾਈ ਨੂੰ ਲਾ ਲਓ ਫੋਨ, ਤੇ ਬਹੁਤ ਹੀ ਸਹੀ ਰੇਟਾਂ ਤੇ ਬਾਈ ਕੰਮ ਕਰਦੇ ਆ, ਤੁਸੀਂ ਲਾ ਲਿਓ ਫੋਨ, ਸਾਰੀ ਗੱਲਬਾਤ ਤੁਸੀਂ ਆਪ ਪੁੱਛ ਲਿਓ, ਕਿਉਂਕਿ ਸਮਾਂ ਘੱਟ ਹੈ, ਸ਼ਾਮਾਂ ਪੈ ਗਈਆਂ, ਤੇ ਇਕੱਲੀ ਘੋੜੀ ਦੀ ਮੇਰੇ ਖਿਆਲ ਡਿਟੇਲ ਦੇਣੀ ਔਖੀ ਹੋ ਜਾਂਦੀ ਹੈ। ਫਿਰ ਵੀ ਬਾਈ ਜਿਹੜੀਆਂ ਆਹ ਪਰਲੇ ਪਾਸੇ 15-20 ਜਾਨਵਰ ਬੱਝੇ ਆ, ਇਹਨਾਂ 'ਚੋਂ ਕਿਹੜੀ ਕਿਹੜੀ ਲੈ ਜਾਂਦੇ ਆਪਾਂ ਮੋਟਾ ਮੋਟਾ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸ ਦਈਏ, ਜਿਹੜੀਆਂ ਚਿੱਟੀਆਂ ਘੋੜੀਆਂ, ਪਹਿਲਾਂ ਉਹਨਾਂ ਦੇ ਬਾਰੇ ਦੱਸ ਦਿਓ। ਉਹਨਾਂ ਦੇ ਵਿੱਚ ਬਾਈ ਜੀ ਮੱਝੂ ਕੇ ਲਾਈਂਦੀਆਂ ਘੋੜੀਆਂ ਹੈਗੀਆਂ ਜੀ, ਕੁਛ ਜਿਹੜੇ ਬਾਈ ਬਿੰਦਰ ਹੋਏ ਆ ਡੋਡ ਵਾਲੇ ਜੀ, ਕੁਛ ਉਹਨਾਂ ਦੇ ਘੋੜਿਆਂ ਦੇ ਹੈਗੇ ਆ ਜੀ 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 ਜੀ, ਤੇ ਕੁਛ ਜਿਹੜੀਆਂ ਸਾਰੀਆਂ ਲਾਈਨਾਂ ਦੀਆਂ, ਕੋਈ ਅਲੀਸ਼ਾਨ ਲਾਈਨ ਦੀਆਂ ਵੀ ਆ, ਰਤਨਾਕਰ ਲਾਈਨ ਵੀ ਹੈ ਜੀ, ਤੇ ਸਾਰੀਆਂ ਮਿਕਸ ਹੈ, ਕੁਛ ਜਿਹੜੀਆਂ ਹੈਗੀਆਂ ਪੈਲਸ ਲਾਈਨ ਆ ਗਈ ਜੀ ਜੀ, ਉਹਨਾਂ ਦੀਆਂ ਵੀ ਘੋੜੀਆਂ ਹੈ ਜਿਹੜੀਆਂ ਮਾਰਵਾੜੀ ਆ ਬਾਈ? ਹਾਂ, ਮਾਰਵਾੜੀ ਹੈ ਜੀ, ਐਂ ਤਾਂ ਆਪਣੇ ਕੋਲ ਦੇਵਰਾਜ ਦੀ ਵਿਸ਼ੇਰੀ ਖੜੀ ਹੈ ਜੀ, ਪਰਲੇ ਪਾਸੇ ਖੜੀ ਹੈ, ਦੇਵਰਾਜ ਦੀ ਵਿਸ਼ੇਰੀ ਹੈ ਜੀ, ਨਾਲ ਜੀ ਇਹ ਘੋੜੀ ਹੈਗੀ ਆ ਫੁੱਲਮਾਲ ਲਾਈਨ ਦੀ ਹੈ, ਜਿੱਦਾਂ ਹੀਰਾ ਘੋੜਾ ਹੈ ਜੀ, ਇਹ ਜਿਵੇਂ ਕਾਲੀ ਖੜੀ ਹੈ ਜੀ, ਇਹ ਵਿਕਾਸ ਦੀ ਹੈ, ਇਹਦਾ ਘੋੜੀ ਇਹ ਜੀ ਆ ਬਾਈ ਜੀ, ਹੁਣ ਇੱਕ ਫਿਲਮ ਦਾ ਸ਼ੂਟ ਚੱਲ ਰਿਹਾ ਹੈ ਜੀ ਜੀ ਜੀ, ਤੇ ਉਹਦੇ ਵਿੱਚ ਐਮੀ ਵਿਰਕ ਨੇ ਮੇਨ ਲੀਡ ਕੀਤਾ, ਨਾਲ ਦੇਵ ਖਰੌੜ ਹੈ, ਕੁਲਜਿੰਦਰ ਸਿੱਧੂ ਆ, ਇਹ ਜਿਹੜੀਆਂ ਘੋੜੀਆਂ ਹੈਗੀਆਂ ਜੀ, ਇਹ ਸਾਰੀਆਂ ਫਿਲਮ ਦੇ ਵਿੱਚ ਕੰਮ ਕਰਕੇ ਆਈਆਂ, ਇਹ ਸਾਰੀਆਂ ਮਾਡਲਾਂ ਹੈ ਬਾਈ ਜੀ। ਬਾਈ ਦੀ ਗੱਲ ਕਰੋ, ਮਾਡਲ ਘੋੜੀ ਲੈਣਾ ਚਾਹੁੰਦੇ ਹੋ ਤੇ ਬਾਈ ਸੁਖਜਿੰਦਰ ਬਰਾੜ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨਾ ਬਾਈ। ਬਾਈ ਜੀ ਇਹ ਤਾਂ ਘੋੜੀ ਆਇਆ, ਇਹਦਾ ਨਾਂ ਸੀ ਰੌਕਿਟ ਰੱਖਿਆ ਹੋਇਆ, ਤੇ ਇਹ ਐਮੀ ਵਿਰਕ ਨੇ ਸਾਰੀ ਫਿਲਮ ਦੇ ਵਿੱਚ ਜੌਣੇ ਮੋੜ ਦਾ ਜਿਹੜਾ ਰੋਲ ਆ ਉਹਨਾਂ ਦਾ ਜੀ ਕਿਰਦਾਰ ਨਿਭਾਇਆ, ਸਾਰਾ ਸ਼ੂਟ ਇਹ ਘੋੜੀ ਦੇ ਉੱਤੇ ਕੀਤਾ ਜੀ। ਆਉਣ ਵਾਲੀ ਫਿਲਮ ਹੈ ਜਿਹੜੀ ਬਾਈ? ਹਾਂ, ਬਸ ਉਹ ਬੜੀ ਜਲਦੀ 1 ਸਾਲ ਦੇ ਵਿੱਚ ਫਿਲਮ ਰਿਲੀਜ਼ ਹੋਊਗੀ, ਟਾਈਮ ਲੱਗਦਾ ਤੁਹਾਨੂੰ ਪਤਾ ਹੈ, ਤੁਸੀਂ ਆਪ ਇਸ ਲਾਈਨ ਦੇ ਵਿੱਚ ਰਹੇ ਆ ਵੀ ਇੱਕ ਗਾਣੇ ਦੇ ਲਈ ਕਿੰਨਾ ਟਾਈਮ ਲੱਗ ਜਾਂਦਾ। ਬਿਲਕੁਲ ਬਿਲਕੁਲ, ਇਹ ਤਾਂ ਫਿਲਮ ਹੈ, ਉਸ ਤੋਂ ਬਾਅਦ ਵਿੱਚ ਇਹ ਘੋੜੀ ਤੁਹਾਨੂੰ ਸਾਰਿਆਂ ਨੂੰ ਇਹ ਪਰਦੇ ਦੇ ਉੱਤੇ ਵੀ ਦੇਖਣ ਨੂੰ ਮਿਲੂਗੀ ਜੀ। ਮੇਰੇ ਕੋਲ ਜਿੰਨੀਆਂ ਘੋੜੀਆਂ ਖੜੀਆਂ, ਇਹ ਜਿੱਦਾਂ ਇਹ ਫਿਲਮ ਆਉਂਦੀ ਹੈ ਸਾਰੀਆਂ ਤੁਹਾਨੂੰ ਇਹ ਪਰਦੇ ਤੇ ਮਿਲਾਂਗਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਫਿਲਮਾਂ ਦੇ ਕੰਟਰੈਕਟ ਹੈਗੇ ਆ ਜੀ, ਤੇ ਜਿਹੜੀਆਂ ਹਿੰਦੀ ਚੰਗਾ ਵੱਡੀਆਂ ਮੂਵੀਆਂ ਹੈਗੀਆਂ, ਤੇ ਉਹਨਾਂ ਦੇ ਵਿੱਚ ਵੀ ਇਹ ਘੋੜੀਆਂ ਵੇਖਣ ਨੂੰ ਮਿਲਣਗੀਆਂ। ਵਾਹ ਜੀ ਵਾਹ, ਬਹੁਤ ਵਧੀਆ ਗੱਲ ਹੈ ਬਾਈ। ਬਾਈ ਜੇ ਮੰਡੀ ਦੀ ਗੱਲ ਕਰੀਏ, ਇਹਦੇ ਪਿਛਲੀ ਵਾਰ ਨਾਲੋਂ ਐਰਕੀ ਮੰਡੀ ਦਾ ਕੀ ਫਰਕ ਲੱਗਾ ਬਾਈ ਸੁਖਜਿੰਦਰ ਨੂੰ? ਨਹੀਂ ਵਧੀਆ ਬਾਈ ਜੀ, ਸਾਰਾ ਲੋਕਾਂ ਦਾ ਵਧੀਆ, ਭਰਾਵਾਂ ਦਾ ਰੌਣਕ ਮੇਲਾ ਵਧੀਆ ਬਣਿਆ ਹੋਇਆ, ਪਰ ਥੋੜ੍ਹਾ ਜਿਹਾ ਨਾ ਠੰਡ ਜ਼ਿਆਦਾ ਹੋਣ ਕਰਕੇ, ਤੇ ਆ ਜਿਹੜਾ ਸੂਰਜ ਆ 2 ਦਿਨ ਤੋਂ ਹੀ ਨਿਕਲ ਲੱਗਿਆ, ਉਹਦੇ ਕਰਕੇ ਪਰੇਸ਼ਾਨੀ ਆਈ ਆ ਬਾਈ। ਅੱਗੇ ਨਾ ਅਸੀਂ ਗੱਲ ਕਰਦੇ ਪਏ ਸੀ ਸੁਖਜਿੰਦਰ ਬਾਈ, ਤੁਹਾਡੀ ਗੱਲ ਰੁਕਦੀ ਹੈ, ਅੱਗੇ ਅਸੀਂ ਕਹਿੰਦੇ ਸੀ ਵੀ ਲਗਾਤਾਰ ਹੀ ਮੇਰੇ ਖਿਆਲ 15-20 ਦਿਨ ਸੂਰਜ ਦਾ ਮੂੰਹ ਨਹੀਂ ਵੇਖਿਆ ਆਪਾਂ, ਪਰ ਜਦੋਂ ਲੋਹੜੀ ਤੋਂ ਬਾਅਦ ਮਾਘੀ ਆਈ, ਤੇ ਮਾਘੀ ਵਾਲੇ ਦਿਨ ਸੂਰਜ ਇੰਨਾ ਕੁ ਵਧੀਆ ਪਰਮਾਤਮਾ ਦਿਨ ਲਾਉਂਦਾ ਹੈ ਹਨਾ, ਅੱਜ ਦਾ ਦਿਨ ਹੈ, ਅੱਜ ਵੀ ਪੂਰੀ ਵਧੀਆ ਧੁੱਪ ਸੀਗੀ ਹਨਾ, ਇੱਕ ਇੱਕ ਐਵੇਂ ਨਹੀਂ ਕਹਿ ਦਿੰਦੇ ਵੀ ਜਿਹੜਾ ਮਹਾਰਾਜ ਦਾ ਇੱਕ ਬਖਸ਼ਿਸ਼ ਹੈ ਘੋੜਿਆਂ ਨੂੰ, ਘੋੜੇ ਵਾਲਿਆਂ ਦੇ ਦਿਲ ਜਾਣਦੇ ਆ ਵੀ ਬਾਈ ਕਿੰਨੀ ਠੰਡ 'ਚ, ਉਹ ਮਹਾਰਾਜ ਵੀ ਜਾਣਦਾ ਹੈ ਨਾ, ਉਹ ਦਿਲ ਦੀਆਂ
ਜੀ ਇੱਥੇ ਬਾਈ ਕਈ ਮੋਦੀ ਬਾਈ ਦੇ ਫੈਨ ਹੋਣਗੇ ਭਰਾਵਾਂ ਦੇ, ਇਹ ਨਾ ਹੋਵੇ ਬਾਈ ਤੁਸੀਂ ਗੱਲ ਮੇਰੇ 'ਤੇ ਤਵਾ ਲਾ ਦਿਓ। ਚਲੋ ਬਾਕੀ ਗੱਲ ਬਾਈ ਸੱਚੀ ਵੀ ਹੈ, ਜਿਹੜਾ ਸੱਚ ਹੈ ਉਹ ਤਾਂ ਸਾਹਮਣੇ ਆਉਣਾ ਹੀ ਹੈ, ਅਤੇ ਬਾਕੀ ਆਪਣੇ ਪੰਜਾਬੀ ਹੈ ਨਾ ਜਿਹੜੇ ਬਾਈ ਇਹ ਕਰੜੇ ਨੇ ਥੋੜ੍ਹੇ ਜਿਹੇ, ਦੂਜੇ ਸਾਰੇ ਭਰਾ ਚੰਗੇ ਨੇ, ਬਾਕੀ ਪੰਜਾਬੀਆਂ ਦਾ ਉਵੇਂ ਜੇ ਆਪਣੇ ਬਾਰਡਰ ਨਾਲ ਲੱਗਦੇ ਹੈ ਨਾ, ਜਿਹੜਾ ਇੱਧਰੋਂ ਲੰਘਦਾ ਸੀ ਅਤੇ ਉਹਦੀ ਮਾਰ ਵੀ ਪੈਂਦੀ ਸੀ, ਜਿਹੜਾ ਉੱਧਰੋਂ ਆਉਂਦਾ ਸੀ ਉਹਦੇ ਨਾਲ ਵੀ ਲੜਦੇ ਸੀ ਹੈ ਨਾ, ਇਸ ਕਰਕੇ ਆਪਣੇ ਸੁਭਾਅ ਦੇ ਵਿੱਚ ਹੀ ਅਗਰੈਸ਼ਨ ਆ ਗਿਆ, ਅਤੇ ਅਗਰੈਸ਼ਨ ਵਾਲੇ ਹੀ ਸਾਨੂੰ ਘੋੜੇ ਚਾਹੀਦੇ ਹੁੰਦੇ ਆ। ਨਹੀਂ ਬਾਈ ਜੀ ਆਪਾਂ ਨਾ ਚਲੋ ਸਰਕਾਰ ਦੀ ਗੱਲ, ਚਲੋ ਜਿਹੜੇ ਕਈ ਮੋਦੀ ਭਗਤ ਵੀ ਹੋਣਗੇ ਜੀ, ਮੈਂ ਚਲੋ ਉਹਨਾਂ ਨੂੰ ਇਹ ਗੱਲ ਕਹਿੰਦਾ ਵੀਰੇ ਵੀ ਆਪਣੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਆਪਾਂ ਕਿਸੇ ਨਿੱਜੀ ਪਾਰਟੀ ਦੇ ਨਾਲ ਨਹੀਂ ਜੀ, ਵੀ ਇਹ ਨਾ ਕਿਤੇ ਸੋਚ ਲਓ ਵੀ ਮੈਂ ਰਾਹੁਲ ਦਾ ਉਹਦੇ ਹੁਣ ਫੈਨ ਹੋਊਗਾ ਜਾਂ ਮੈਂ ਕੇਜਰੀਵਾਲ ਦਾ ਭਗਤ ਹੋਊਗਾ, ਤਾਂ ਉਹ ਦੁੱਖ ਤਾਂ ਇਸ ਗੱਲ ਦਾ ਬਾਈ ਕੁਛ ਤਾਂ ਆਪਾਂ ਨੂੰ ਇਹ ਪੰਜਾਬ ਨੂੰ ਖਾ ਲਿਆ ਨਸ਼ਿਆਂ ਨੇ ਜੀ। ਦੂਜੇ ਨੰਬਰ 'ਤੇ ਜਿਹੜੇ ਆਪਣੇ ਨੌਜਵਾਨ ਪੀੜ੍ਹੀ ਆ ਆਈਲਟਸ ਕਰਕੇ ਬਾਹਰ ਭੱਜੀ ਜਾਂਦੀ ਹੈ, ਸਰਕਾਰਾਂ ਨੇ ਰੋਜ਼ਗਾਰ ਨਹੀਂ ਦਿੱਤੇ ਗਏ ਉਹਨਾਂ ਦੇ ਲਈ, ਬਾਈ ਜੀ ਜਿਹੜਾ ਦੇਸ਼ ਦਾ ਜਿਹੜਾ ਰਾਜਾ ਹੁੰਦਾ ਉਹ ਰਾਜਾ ਇਸ ਟਾਈਮ 'ਤੇ ਉਹ ਮੰਨ ਕੇ ਚੱਲੋ ਮੋਦੀ ਸਾਹਿਬ ਹੈ, ਅਤੇ ਬਾਈ ਉਹ ਦੋਸ਼ ਉਹਨਾਂ ਨੂੰ ਦੇਣਾ ਬਣਦਾ ਹੈ ਉਹਨਾਂ ਚੀਜ਼ਾਂ 'ਤੇ ਵੀ ਸਾਨੂੰ ਦੁੱਖ ਲੱਗਦੇ ਆ ਜਦੋਂ ਜਵਾਨ ਮੁੰਡੇ ਜਾਂਦੇ ਆ। ਆਮ ਤਾਂ ਜਿਹਦਾ ਪੁੱਤ ਘਰੋਂ ਜਾਂਦਾ ਬਾਈ ਲੋਕ ਲੱਡੂ ਵੰਡਦੇ ਆ ਬਰਫੀ ਵੰਡਦੇ ਆ, ਪਰ ਮੈਨੂੰ ਐਂ ਲੱਗਦਾ ਹੈ ਕਿ ਉਹ ਜਿਹੜਾ ਪੁੱਤ ਘਰੋਂ ਤੋਰਤਾ ਅਤੇ ਉਹ ਕਈ ਵਾਰੀ ਕਿਤੇ ਮਰਿਆਂ 'ਤੇ ਅਤੇ ਖੁਸ਼ੀ 'ਤੇ ਵੀ ਨਹੀਂ ਕਿਸੇ 'ਤੇ ਆ ਸਕਦਾ। ਉਹ ਟਾਈਮ ਲੱਡੂ ਵੰਡ ਕੇ ਅਸੀਂ ਆਪਦੇ ਘਰਾਂ ਦੇ ਵਿੱਚ ਸੱਥਰਾਂ 'ਤੇ ਪੁੱਤਾਂ ਨੂੰ ਵੀ ਨਹੀਂ ਬਿਠਾ ਸਕਦੇ, ਕਿਉਂਕਿ ਉਹ ਜਿਹੜਾ ਜਾਵੜਿਆ ਉਹ ਮੁੜਦਾ ਨਹੀਂ ਸਿਸਟਮ ਗੰਦੇ ਦੇ ਕਰਕੇ, ਅਤੇ ਤਾਂ ਕਰਕੇ ਸਰਕਾਰ ਨੂੰ ਅਤੇ ਲੋਕਾਂ ਨੂੰ ਥੋੜ੍ਹਾ ਜਿਹਾ ਮਿਹਣਾ ਸੀ ਜੀ। ਅਤੇ ਬਾਕੀ ਚਲੋ ਬਾਈ ਜੀ ਆਪਾਂ ਅਸੀਂ ਵੋਟਾਂ ਪਾਈਆਂ, ਅਸੀਂ ਲਾਮਾ ਦੇਣ ਦਾ ਹੱਕ ਵੀ ਰੱਖਦੇ ਹਾਂ, ਐਡੀ ਕੋਈ ਗੱਲ ਨਹੀਂ। ਬਾਕੀ ਮੰਡੀ ਦੀ ਹੋਰ ਕੋਈ ਗੱਲਬਾਤ ਵੀ ਦੱਸੋ ਵੀ ਬਾਈ ਸੁਖਜਿੰਦਰ ਨੂੰ 4-5 ਦਿਨ ਹੋ ਗਏ ਇੱਥੇ ਆਇਆਂ ਨੂੰ, ਫਿਰ ਗੱਲ ਉਹ ਮੁੜ ਘੁੜ ਕੇ ਸਵਾਲ ਆ ਜਾਂਦਾ ਵੀ ਪਿਛਲੀ ਵਾਰ 'ਤੇ ਐਰਕੀ ਕਿੰਨੀ ਕੁ ਸੰਗਤ ਦਾ ਬਹੁਤ ਜ਼ਿਆਦਾ ਸੀ, ਐਰਕੀ ਇਕੱਠ ਕਿ ਜਾਂ ਕਿਵੇਂ ਸੀ? ਨਹੀਂ ਵਧੀਆ, ਵਪਾਰੀ ਵਰਗ ਕਿੰਨਾ ਕੁ ਆ? ਨਹੀਂ ਕਰਾਊਡ ਬਹੁਤ ਸੀ, ਪਰ ਥੋੜ੍ਹਾ ਜਿਹਾ ਨਾ ਬਾਈ ਜੀ ਮਾਰਕੀਟ ਦੇ ਵਿੱਚ ਲੋਕਾਂ ਦੇ ਕੋਲ ਪੈਸਾ ਨਾ ਹੋਣ ਕਰਕੇ ਥੋੜ੍ਹਾ ਜਿਹਾ ਮੰਦੀ ਦਾ ਦੌਰ ਹੈ ਕਿ ਜਿਹੜੇ ਨਵੇਂ ਮੁੰਡੇ ਆ ਨਾ ਜੀ ਉਹ ਘੋੜੀਆਂ ਲੈਣ ਤੋਂ ਪਤਾ ਨਹੀਂ ਕਿਹੜੀ ਗੱਲ ਤੋਂ ਡਰਦੇ ਆ ਅਤੇ ਭੱਜਦੇ ਝਿਜਕਦੇ ਆ, ਉਹਨਾਂ ਦੇ ਕਰਕੇ ਨੁਕਸਾਨ ਹੋਇਆ ਥੋੜ੍ਹਾ ਜਿਹਾ ਜੀ, ਵੀ ਲੋਕ ਨਹੀਂ ਆਏਗੇ। ਬਾਕੀ ਇੰਨਾ ਦੇਖਣ ਵਾਲੇ ਜਿਹੜੇ ਦੋਸਤ ਮਿੱਤਰ ਆ ਉਹ ਬਹੁਤ ਆਏ ਜੀ, ਜਾਨਵਰ ਮੰਡੀ ਦੇ ਵਿੱਚ ਬੜੇ ਸੋਹਣੇ ਸੋਹਣੇ ਜੀ ਵਧੀਆ ਜਾਨਵਰ ਆਏ, ਟੌਪ ਕੁਆਲਿਟੀ ਦੇ ਜਾਨਵਰ ਆਏ ਆ ਬਿਲਕੁਲ, ਅਤੇ ਪਰ ਉਹਨਾਂ ਨੂੰ ਖਰੀਦਣ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਘੱਟ ਰਹੀ ਹੈ ਜੀ ਜੀ। ਬਾਕੀ ਨਵੇਂ ਮੁੰਡੇ ਵੀ ਚਲੋ ਨਵੇਂ ਵੀ ਐਰਕੀ ਮੈਨੂੰ ਬਹੁਤ ਮਿਲੇ ਬਾਈ ਵੇਖਣ ਵਾਲੇ, ਮੰਨ ਲਓ ਚੰਗੀਆਂ ਚੰਗੀਆਂ ਘੋੜੀਆਂ ਵੀ ਲੈ ਕੇ ਆਏ ਭਰਾ, ਘੋੜੇ ਵੀ ਸੋਹਣੇ ਸੋਹਣੇ ਲੈ ਕੇ ਆਏ ਆ, ਹੈ ਨਾ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਭਰਾ ਹਜੇ ਡਰਦੇ ਆ ਅਤੇ ਹਜੇ ਝਿਜਕਦੇ ਆ, ਉਹਨਾਂ ਦਾ ਝਿਜਕ ਕਿਵੇਂ ਦੂਰ ਕੀਤਾ ਜਾਵੇ ਸੁਖਜਿੰਦਰ ਬਾਈ? ਉਹ ਜਿਹੜੇ ਵੀਰ ਡਰਦੇ ਆ ਉਹਨਾਂ ਨੂੰ ਤਾਂ ਮੈਂ ਇੱਕ ਹੀ ਬੇਨਤੀ ਕਰੂੰਗਾ ਬਾਈ, ਹੈ ਨਾ ਜੀ, ਵੀ ਜੇ ਤਾਂ ਤੁਹਾਡਾ ਡਰ ਦੂਰ ਹੁੰਦਾ ਹੈ ਤਾਂ ਘੋੜੀ ਲਿਓ ਜੀ, ਜੇ ਤੁਸੀਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਹੈ ਤੁਸੀਂ ਡਰਨਾ ਹੈ ਤਾਂ ਬਾਈ ਜੀ ਘੋੜੀ ਦੇ ਨੇੜੇ ਵੀ ਨਾ ਆਇਓ ਜੀ, ਵੇਖ ਕੇ ਸਵਾਦ ਲੈ ਲਓ ਜੀ। ਕਾਰਨ ਕੀ ਹੈ? ਤੁਸੀਂ ਘੋੜੀ ਲਓ ਉਹ ਜਿਹੜੀ ਤੁਹਾਡੇ ਦਿਲ ਨੂੰ ਚੰਗੀ ਲੱਗਦੀ ਹੈ ਜੀ, ਜਿਹਦੇ ਨੂੰ ਵੇਖ ਕੇ ਤੁਸੀਂ ਖੁਸ਼ ਹੋ ਸਕੋ। ਜੇ ਲੋਕਾਂ ਦੀਆਂ ਗੱਲਾਂ ਸੁਣੋਗੇ ਤਾਂ ਲੋਕ ਤਾਂ ਵੀਰੇ ਨਾ ਤਾਂ ਆਪਣੇ ਕੱਪੜੇ ਜਰ ਸਕਦੇ ਆ, ਉਹਨਾਂ 'ਤੇ ਵੀ ਕਮੈਂਟ ਕਰਨਾ ਅਤੇ ਉਹਨਾਂ ਨੇ ਘੋੜੀਆਂ 'ਤੇ ਵੀ ਕਮੈਂਟ ਕਰਨਾ। ਲੋਕਾਂ ਦੇ ਜੇ ਗੱਲਾਂ ਸੁਣ ਕੇ ਤੁਹਾਡਾ ਮਨੋ ਬਲ ਟੁੱਟਦਾ ਹੈ ਤਾਂ ਘੋੜੀਆਂ ਵਾਲੀ ਲਾਈਨ 'ਚ ਵੀਰੇ ਨਾ ਆਓ, ਇਕੱਲਾ ਵੇਖ ਕੇ ਸਵਾਦ ਲੈ ਲਿਆ ਕਰੋ। ਅਤੇ ਜੇ ਤੁਹਾਡੇ ਇਰਾਦੇ ਮਜ਼ਬੂਤ ਆ ਪੱਕੇ ਆ, ਲੋਕਾਂ ਦੀਆਂ ਨੈਗੇਟਿਵ ਗੱਲਾਂ ਤੁਸੀਂ ਨਹੀਂ ਸੁਣਦੇਗੇ ਤਾਂ ਘੋੜੀ ਨਾਲ ਦਾ ਸਵਾਦ ਹੀ ਹੈ ਨਹੀਂ ਕਿਤੇ। ਬਿਲਕੁਲ 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 ਬਿਲਕੁਲ। ਬਾਕੀ ਸੱਜਣੋ ਜਿਹੜਾ ਇਸ ਇੰਡਸਟਰੀ 'ਚ ਆਉਣਾ ਚਾਹੁੰਦਾ ਉਹਨੂੰ ਵੀ ਮੋਸਟ ਵੈਲਕਮ ਹੈ, ਅਤੇ ਇੱਦਾਂ ਦੇ ਬੰਦਿਆਂ ਦੀ ਸੰਗਤ ਕਰੋ। ਮੈਂ ਨੰਬਰ ਨਾਲ ਤਾਂ ਚਲਾਇਆ, ਇੱਕ ਇਕੱਲਾ ਘੋੜੀਆਂ ਲੈਣ ਵਾਸਤੇ ਤੁਸੀਂ ਸੰਪਰਕ ਨਹੀਂ ਕਰਨਾ ਬਾਈ ਦੇ ਨਾਲ, ਤੁਸੀਂ ਸੰਪਰਕ ਕਰਨਾ ਹੈ ਬਾਈ ਤੋਂ, ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੁਹਾਨੂੰ, ਬਹੁਤ ਗੱਲਾਂ ਤੁਸੀਂ ਪੁੱਛ ਸਕਦੇ ਹੋ। ਅਤੇ ਬਾਈ ਹੋਰ ਕੋਈ ਗੱਲਬਾਤ ਜਾਂਦੇ ਜਾਂਦੇ ਕੋਈ ਭਰਾਵਾਂ ਨੂੰ ਕਹਿੰਦੇ ਹੋ? ਬਹੁਤ ਵਧੀਆ, ਬਾਈਕਾਂ ਨੂੰ ਇਹੀ ਮੈਸੇਜ ਦਿੱਤਾ, ਬਾਕੀ ਬਾਈ ਸਾਰੇ ਭਰਾਵਾਂ ਵਾਂਗੂ ਚੜ੍ਹਦੀ ਕਲਾ 'ਚ ਰਹੋ, ਖੁਸ਼ ਰਹੋ, ਹੈ ਨਾ, ਮਹਾਰਾਜ ਤੁਹਾਨੂੰ ਤਰੱਕੀਆਂ ਦੇਵੇ, ਨਸ਼ਿਆਂ ਤੋਂ ਦੂਰ ਰਹੋ, ਜੇ ਹੋ ਸਕਦਾ ਤਾਂ ਬਾਈ ਜੀ ਇੱਥੇ ਮਿਹਨਤ ਕਰੋ ਅਤੇ ਕਾਮਯਾਬ ਹੋਵੋ, ਬਾਹਰਲੇ ਮੁਲਕਾਂ 'ਚ ਨਾ ਜਾਓ ਯਾਰ। ਸਾਡੇ ਜਿਹੜੇ ਭਰਾ ਅਤੇ ਵੀਰ ਹੈ ਉਹ ਜਦੋਂ ਇੱਥੋਂ ਸਾਡੇ ਪੰਜਾਬ ਨੂੰ 20 ਸਾਲਾਂ ਬਾਅਦ ਪਤਾ ਲੱਗੂ ਵੀ ਉਹਨਾਂ ਨੇ ਕੀ ਗਵਾ ਲਿਆ। ਵੱਡੀ ਗੱਲ ਸੱਜਣੋ ਇਹ ਹੈ ਵੀ ਮੰਨ ਕੇ ਚੱਲੋ ਵੀ ਜਦੋਂ ਤੁਸੀਂ ਘੋੜਾ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ, ਬਾਹਰ ਜਾਂਦੇ ਹੋ ਤੁਸੀਂ, ਬਾਹਰ ਜਾ ਕੇ ਵੀ ਕਾਹਦੇ ਖਾਤਰ ਜਾਂਦੇ ਹਾਂ ਆਪਾਂ, ਵੀ ਰੁਪਈਆ ਪੈਸਾ ਹੋਵੇ। ਜੇ ਦੋ ਭਰਾ ਨੇ ਦੋਵਾਂ ਦੇ ਵਿੱਚੋਂ ਇੱਕ ਬਾਹਰ ਗਿਆ ਤਾਂ ਕੋਈ ਡਾਊਟ ਨਹੀਂ ਬਾਈ, ਇੱਕ ਇੱਥੇ ਰਹਿ ਕੇ ਵੀ ਕੰਮ ਕਰ ਸਕਦਾ ਹੈ। ਜੇ ਮੰਨ ਕੇ ਚੱਲੋ ਅੱਜ ਸੁਖਜਿੰਦਰ ਬਰਾੜ ਇੰਨੀਆਂ ਘੋੜੀਆਂ ਲੈ ਕੇ ਆਇਆ ਹੈ, ਜੇ ਬਾਈ ਚੰਗੇ ਭਲਾ ਜੇ ਕੋਈ ਬੰਦਾ ਆਉਂਦਾ ਹੈ ਨਾ, 3-3.5 ਲੱਖ ਰੁਪਈਆ ਇੱਥੇ ਲਾ ਕੇ ਜਾਂਦਾ ਮੰਡੀ ਦੇ ਵਿੱਚ ਹਰੇਕ ਟੈਂਟ ਵਾਲਾ ਬਾਈ, ਕਿਉਂਕਿ ਇੰਨਾ ਖਰਚਾ ਆ ਜਾਂਦਾ, ਮੈਨੂੰ ਪਤਾ ਮੈਂ ਤੁਹਾਡੇ 'ਚ ਰਹਿੰਦਾ, ਅਤੇ ਉਹ 3.5 ਲੱਖ ਰੁਪਈਆ ਇੱਕ ਮੰਡੀ 'ਤੇ ਨਹੀਂ ਲੱਗਦਾ, ਸਾਲ 'ਚ ਕਿੰਨੀਆਂ ਮੰਡੀਆਂ ਆਉਂਦੀਆਂ। ਅਤੇ ਜੇ 4 ਰੁਪਈਏ ਇਹਨਾਂ ਤੋਂ ਚੰਗਾ ਕੰਮ ਕਰਕੇ, ਇੱਕ ਸਾਫ਼ ਸੁਥਰਾ ਕੰਮ ਕਰਕੇ ਬਾਈ ਨੇ ਜੇ ਕਮਾਈ ਕੀਤੀ ਹੈ ਤਾਂ ਫਿਰ ਹੀ ਬਾਈ ਲਾਉਂਦਾ। ਬਿਲਕੁਲ ਬਾਈ ਜੀ, ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਨਾ ਜੀ ਵੀ ਯਾਰ ਆਪਾਂ ਕਾਹਦੇ ਮਾਰੇ ਭੱਜੇ ਫਿਰਦੇ ਹਾਂ, ਭੱਜੇ ਤਾਂ ਰੋਟੀ ਮਾਰੇ ਫਿਰਦੇ ਹਾਂ,
ਇਹ ਆਉਣ ਵਾਲੇ 20 ਸਾਲਾਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬ ਨੇ ਜਿਹੜੀ ਜਵਾਨੀ ਹੈ ਉਹ ਗਵਾਲੀ ਹੈ ਇੱਥੋਂ ਬਈ। ਇੱਥੇ ਐਸੇ ਹਾਲਾਤ ਬਣ ਜਾਣੇ ਆ ਜਿਹੜੇ ਮਾਂ ਪਿਓ ਬਜ਼ੁਰਗ ਬੰਦੇ ਆ ਜਿਹੜੇ ਬਾਹਰਲੇ ਮੁਲਕ ਨਹੀਂ ਜਾ ਸਕੇ ਜੀ, ਉਹਨਾਂ ਦੀਆਂ ਅਰਥੀਆਂ ਨੂੰ ਕੰਧੇ ਦੇਣਾ ਤੇ ਜਵਾਨੀ ਨਹੀਂ ਲੱਭਣੀਗੀ ਜੀ, ਉਹਨਾਂ ਦੇ ਜਵਾਨ ਮੁੰਡੇ ਨਹੀਂ ਲੱਭਣੇ ਜੀ। ਤੁਸੀਂ ਬੜਾ ਕੁ ਗਵਾਈ ਜਾਂਦੇ ਆ ਤੇ ਇਹ ਗੱਲ ਸਰਕਾਰਾਂ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਕੋਈ ਚੰਗੇ ਰੋਜ਼ਗਾਰ ਪੈਦਾ ਕਰਨ ਯਾਰ ਵੀ ਸਾਡੇ ਜਿਹੜੀ ਜਵਾਨੀ ਹੈ ਜੀ ਉਹ ਬਾਹਰ ਜਾਣ ਤੋਂ ਪਰਹੇਜ਼ ਕਰੇ ਜੀ। ਤੇ ਇਹ ਘੋੜੀਆਂ ਦੇ ਸ਼ੌਂਕ ਇਹ ਜਿਹੜੇ ਮੇਲੇ ਆ ਇਹ ਵਿਰਾਸਤ ਹੈ ਇਹ ਆਪਣੇ ਪੱਲੇ ਤਾਂ ਹੀ ਰਹਿਣਗੀਆਂ ਜੇ ਸਾਡੇ ਨੌਜਵਾਨ ਪੀੜ੍ਹੀ ਆ ਜਿਹੜੇ ਗੱਭਰੂ ਆ ਉਹ ਇੱਥੇ ਰਹਿਣਗੇ ਜੀ। ਬਿਲਕੁਲ ਬਿਲਕੁਲ ਬਾਈ ਬਿਲਕੁਲ, ਜੇ ਤੁਸੀਂ ਮੰਨ ਲਓ ਕਈ ਭਰਾ ਬਾਹਰੋਂ ਆਣ ਕੇ ਵੀ ਸ਼ੌਂਕ ਪੂਰਾ ਕਰਦੇ ਨੇ ਬਹੁਤ ਵਧੀਆ ਗੱਲ ਹੈ, ਪਰ ਜਿਹੜਾ ਸ਼ੌਂਕ ਜਵਾਨੀ ਵੇਲੇ ਪੂਰਾ ਹੋ ਜਾਣਾ ਬਾਈ ਉਹਦੇ ਵਰਗਾ ਸਵਾਦ ਨਹੀਂ, ਹੈ ਨਾ ਸਿੰਘਜਿੰਦਰ ਬਾਈ? ਬਿਲਕੁਲ ਬਾਈ ਜੀ ਬਿਲਕੁਲ ਉਹੀ ਗੱਲ ਆ। ਉਦੋਂ ਬਾਅਦ ਆ ਨਾ ਜਦੋਂ ਜਵਾਨੀ ਆ ਜਿਹੜੀ ਉਹ ਇਹੋ ਜਿਹੀ ਚੀਜ਼ ਆ ਜਿਹਦੇ ਹੱਥਾਂ ਦੇ ਵਿੱਚੋਂ ਜਾਂਦੀ ਆ ਨਾ ਜੀ, ਤੇ ਉਦੋਂ ਪਤਾ ਲੱਗਦਾ ਵੀ ਅਸੀਂ ਬਹੁਤ ਕੁਛ ਗਵਾ ਲਿਆ। ਹੁਣ ਕਈ ਵਾਰੀ ਆਪਾਂ ਬੜੇ ਵਾਰੀ ਮਹਿਫਲਾਂ ਦੇ ਵਿੱਚ ਬੈਠੇ ਹਾਂ ਇਕੱਠੇ ਜੀ, ਤੇ ਉਹ ਜਦੋਂ ਕਾਲਜ ਟਾਈਮ ਦੀਆਂ ਜਵਾਨੀ ਦੀਆਂ ਗੱਲਾਂ ਯਾਦ ਕਰਦੇ ਹਾਂ, ਆਹ ਚਲੋ ਮੇਰੀ ਉਮਰ ਹੈ ਵੀ 36-37 ਸਾਲ ਹੋ ਗਈ ਹੈ ਜੀ, ਤੇ ਉਹ ਟਾਈਮ ਜਦੋਂ ਯਾਦ ਕਰਦੇ ਹਾਂ ਉਹ ਦੁੱਖ ਤਾਂ ਲੱਗਦਾ ਹੀ ਹੈ ਵੀ ਆਪਾਂ ਕੁਛ ਬੜੇ ਸੋਹਣੇ ਪਾਲਾ ਉਹ ਪਿੱਛੇ ਛੱਡਿਆ ਹੈ, ਇੰਜੋਏ ਕਰ ਲਈਏ ਯਾਰ ਲਾਈਫ ਨੂੰ, ਹਨਾ। ਤੇ ਯਾਰ ਸਾਡੇ ਜਿਹੜੇ ਉਹ ਵੀਰ ਆ ਜਿਹੜੇ ਜਾਂ ਕੁੜੀਆਂ ਆ ਸਾਡੀਆਂ ਮੁੰਡੇ ਆ ਜਿਹੜੇ ਬਾਹਰ ਹੈ ਜੀ, ਉਹ ਵਿਚਾਰੇ ਨਾ ਯਾਰ ਲੋਕਾਂ ਨੂੰ ਤਾਂ ਲੱਗਦਾ ਫਲਾਣੇ ਦਾ ਮੁੰਡਾ ਬਾਹਰ ਗਿਆ, ਪਰ ਉਹਨੂੰ ਪੁੱਛ ਕੇ ਵੇਖੋ ਯਾਰ ਵੀ ਉੱਥੇ ਉਹ ਜ਼ਿੰਦਗੀ ਕਿਵੇਂ ਕੱਟਦਾ, ਸਾਰੀ ਦਿਹਾੜੀ ਆ ਵੀਰ ਆਪਣਾ, ਹਨਾ ਇਧਰਲੇ ਪਾਸੇ ਮੜਾ ਦੇਖੋਗੇ ਵੀਰ ਇਧਰ ਮਾਰੀ ਕੈਮਰਾ ਬਾਈ ਤੇ ਜੀ, ਆਪਣਾ ਭਰਾ ਹੈ 2008 ਤੋਂ ਆਸਟ੍ਰੇਲੀਆ ਦੇ ਵਿੱਚ ਹੈ ਜੀ, ਕੁੜੀਆਂ ਦਾ ਸ਼ੌਂਕ ਬਾਈ ਦਾ ਭਰਾ ਹੈ, ਬਾਈ ਦੇ ਭਰਾ ਦੇ ਨਾਲ ਇਹਨਾਂ ਦਾ ਬੜਾ ਜ਼ਿਆਦਾ ਪਿਆਰ ਹੈ, ਦੋਨੇ ਭਰਾ ਮੈਂ ਦੇਖਿਆ ਇੱਕ ਥਾਲੀ ਦੇ ਵਿੱਚ ਰੋਟੀ ਖਾਂਦੇ, ਅੰਡਰਸਟੈਂਡਿੰਗ ਹੈ, ਤੇ ਇਹਦਾ ਜਿਹੜਾ ਕੁੜੀਆਂ ਵਾਲਾ ਸ਼ੌਂਕ ਹੈ ਇੱਥੇ ਪੂਰਾ ਹੋ ਹੀ ਜਾਂਦਾ ਜੀ। ਤੇ ਜੇ ਬਾਈ ਨੂੰ ਵੀ ਚਸਕਾ ਇਸ ਚੀਜ਼ ਦਾ ਲੱਗਿਆ ਹੁੰਦਾ ਨਾ ਬਾਈ ਨੂੰ ਛੋਟੇ ਨੂੰ ਇਦੋਂ ਵੀ ਮੈਂ ਵੀ ਬਾਹਰ ਜਾਣਾ, ਤੇ ਬਾਈ ਇਹਨਾਂ ਦੇ ਘਰੇ ਵੀ ਘੋੜੀ ਨਹੀਂ ਹੋਣੀ ਸੀ ਕੰਮ, ਹਾਂ ਜੀ। ਤੇ ਯਾਰ ਇਹ ਦੋ ਆ ਇਹਨਾਂ ਨੇ ਤਾਂ ਮੈਨੇਜ ਕਰ ਲਿਆ, ਜਿਹੜੇ ਇਕੱਲੇ ਇਕੱਲੇ ਆ ਬਾਈ ਉਹਨਾਂ ਦਾ ਔਖਾ ਹੈ ਬਾਈ ਜੀ। ਇੱਕ ਫਿਰ ਇਹਦੇ ਵਿੱਚ ਨਾ ਇੱਕ ਤੁਸੀਂ ਮੈਸੇਜ ਦੇਣਾ ਵੀ ਜਿਹੜੇ ਨਾ ਇਹ ਮੇਲਾ ਘੋੜੀਆਂ ਦਾ, ਇੱਥੇ ਲੋਕ ਗੱਡੀਆਂ ਟਰੈਕਟਰ ਲੈ ਕੇ ਵੱਡੇ ਵੱਡੇ ਐਂਪ ਲਾ ਕੇ ਲੋਕਾਂ ਦੇ ਜਾਨਵਰ ਡਰਾਉਂਦੇ ਰਹਿੰਦੇ ਹੈ ਨਾ, ਉਹਦੇ ਬਾਰੇ ਵੀ ਜਾਂ ਤਾਂ ਕੋਈ ਥੋੜ੍ਹੀ ਥੋੜ੍ਹੀ ਕਮੇਟੀ ਆ ਤੁਸੀਂ ਬਣਾਓ ਸਾਰੇ ਜੋ ਵੀ ਤੁਸੀਂ ਕਰਦਾ ਵੀ ਇਹ ਮੇਲਾ ਘੋੜੀਆਂ ਦਾ ਅਤੇ ਲੋਕ ਇੱਥੇ ਜਿਹੜੀ ਨਾ ਸ਼ੋਅ ਆਫ ਕਰੀ ਜਾਂਦੇ ਆ ਐਂਪ ਲਾ ਕੇ ਗੱਡੀਆਂ ਲੈ ਕੇ ਘੁੰਮਦੇ ਆ, ਇਹ ਚਾਹੇ ਤੁਹਾਡੀ ਸਰਕਾਰ ਇੱਥੋਂ ਕੁਛ ਵੀ ਆ ਨਾ ਤੁਹਾਡਾ ਕੋਈ ਉੱਦਾਂ ਵੀ ਇਹ ਚੀਜ਼ ਦਾ ਕੰਟਰੋਲ ਕਰਨਾ ਚਾਹੀਦਾ ਵੀ ਨੋ ਐਂਟਰੀ ਹੋਣੀ ਚਾਹੀਦੀ ਆ ਜਿਹੜੇ ਵਹੀਕਲ ਆਉਂਦੇ ਨੇ ਇੱਥੇ। ਇਸ ਬਾਰੇ ਕੀ ਕਹਿਣਾ ਚਾਹੋਗੇ ਬਾਈ? ਬਾਈ ਦਾ ਬਹੁਤ ਵਧੀਆ ਸਵਾਲ ਹੈ। ਨਹੀਂ ਵਧੀਆ ਬਾਈ ਜੀ, ਇਹ ਜਿਹੜੀਆਂ ਹਰਕਤਾਂ ਨੇ ਖੜਕ ਬਾਈ ਜੀ ਅਤੇ ਸੌਖੇ ਉਹ ਲੋਕ ਕਰਦੇ ਆ ਜੀ ਜਿਨ੍ਹਾਂ ਦੇ ਘਰੇ ਕਦੇ ਨਾ ਮਹਾਰਾਜ ਨੇ ਘੋੜੀ ਦਿੱਤੀ ਨਹੀਂ ਹੈਗੀ, ਵੀ ਟਰੈਕਟਰਾਂ 'ਤੇ ਡੈੱਕ ਲਾ ਕੇ ਡੁੰਮ ਡੁੰਮ ਕਰਦੇ ਫਿਰਨ, ਲੋਕਾਂ ਦੇ ਜਾਨਵਰ ਡਰਾਉਣ ਜੀ, ਉਹ ਚਾਹੇ ਕਈਆਂ ਭਰਾਵਾਂ ਨੂੰ ਗੁੱਸਾ ਲੱਗੇ ਮੇਰੀ ਗੱਲ ਸੁਣ ਕੇ, ਤੁਹਾਡੇ ਥੋੜ੍ਹਾ ਜਿਹਾ ਸ਼ੌਂਕ ਪੂਰਾ ਕਰਨ ਅਤੇ ਮਹਿੰਗੇ ਭਾਅ ਦੇ ਜਾਨਵਰ ਹੈ ਕਿਸੇ ਦਾ ਜਾਨਵਰ ਸੱਟ ਖਾ ਗਿਆ ਤਾਂ ਯਾਰ ਤੁਸੀਂ ਕਿਵੇਂ ਮਾਫ਼ ਕਰੋਗੇ ਆਪਣੇ ਆਪ ਨੂੰ? ਜੇ ਤੁਹਾਨੂੰ ਮਿਊਜ਼ਿਕ ਸੁਣਨ ਦਾ ਸ਼ੌਂਕ ਹੈ ਬੜੇ ਚੰਗੇ ਚੰਗੇ ਹੈੱਡਫੋਨ ਆਉਂਦੇ ਆ ਉਹ ਲਾ ਕੇ ਸੁਣੋ ਤੁਸੀਂ, ਤੁਸੀਂ ਲੋਕਾਂ ਨੂੰ ਕਿਉਂ ਸੁਣਾਉਣੇ ਆ? ਅਸੀਂ ਨਹੀਂ ਸੁਣਨਾ ਚਾਹੁੰਦੇ ਉਹ ਮਿਊਜ਼ਿਕ, ਤੁਸੀਂ ਸੁਣਨਾ ਹੈ, ਤੁਸੀਂ ਆਪਦੇ ਕੰਨਾਂ ਦੇ ਵਿੱਚ ਲਾ ਕੇ ਸੁਣੋ ਜੀ, ਲੋਕਾਂ ਦੇ ਜਾਨਵਰ ਨਾ ਡਰਾਓ। ਪਰ ਬਾਕੀ ਮੈਨੂੰ ਨਹੀਂ ਲੱਗਦਾ ਕਿ ਉਹ ਲੋਕਾਂ ਤੱਕ ਇਹ ਗੱਲ ਪਹੁੰਚੂਗੀ, ਕਿਉਂਕਿ ਉਹ ਉਹੀ ਲੋਕ ਹੈ ਕਿ ਜਿਹਨਾਂ ਦੇ ਘਰਾਂ ਦੇ ਵਿੱਚ ਘੋੜੀਆਂ ਹੈ ਨੇ। ਕਈ ਵਾਰੀ ਸੁਖਜਿੰਦਰ ਬਾਈ ਤੁਹਾਡੀ ਗੱਲ ਰੋਕਦੀ ਹੈ, ਕਈ ਵਾਰੀ ਐਂ ਹੋ ਜਾਂਦਾ ਹੈ ਕਿ ਚੰਗੇ ਭਲੇ ਜਾਨਵਰ ਦੇ ਜਦੋਂ ਸੱਟ ਲੱਗ ਜਾਂਦੀ ਹੈ ਨਾ ਤੇ ਕਈ ਵਾਰੀ ਉਹਨੂੰ ਜ਼ਹਿਰ ਦੇਣਾ ਪੈ ਜਾਂਦਾ ਹੈ, ਕਈ ਵਾਰੀ ਉਹਦੀ ਗੋਲੀ ਮਾਰਨੀ ਪੈ ਜਾਂਦੀ ਹੈ ਤੇ ਉਹ ਅਗਲੇ ਦਾ ਪੁੱਤਾਂ ਤੋਂ ਪਾਲਿਆ ਹੋਇਆ ਪੁੱਤਾਂ ਵਾਂਗੂ ਪਾਲਿਆ ਹੋਇਆ ਜਾਨਵਰ ਹੈ ਉਹ। ਯਾਰ ਇਹ ਚੀਜ਼ ਸਾਨੂੰ ਜ਼ਰੂਰ ਦੋਸਤੋ ਸੋਚਣੀ ਚਾਹੀਦੀ ਹੈ, ਕੋਈ ਇਸ ਗੱਲ ਦਾ ਮਾਈਂਡ ਨਾ ਕਰੇ, ਪਰ ਜੇ ਤੁਸੀਂ ਦੂਜੇ ਪਾਸੇ ਸੋਚੋਗੇ ਨਾ ਤੇ ਬੜੀ ਬਹੁਤ ਵੱਡੀ ਗੱਲ ਹੈ ਤੇ ਇਸ ਗੱਲ ਤੇ ਆਪਣੇ ਦਿਲ ਤੇ ਲਾ ਕੇ ਰੱਖਿਓ। ਹਾਂ, ਵਿਚਾਰ ਕਰਨ ਦੀ ਲੋੜ ਹੈ। ਜੇ ਲਾਇਆ ਨਾ ਬੰਦਾ ਲੱਖ ਲੱਖ ਰੁਪਈਆ ਨਾ ਕ੍ਰੋਸਿੰਗ ਪੀਸ ਦਿੰਦਾ ਜੀ, ਜੇ ਕਿਸੇ ਘੋੜੀ ਦੇ ਕੋਈ ਛੱਟ ਲੱਗ ਜੇ, ਘੋੜੀ ਦੇ ਕੋਈ ਛੱਟ ਲੱਗ ਜੇ ਨਾ ਕੌਣ ਜੀ? ਬਿਲਕੁਲ, ਇਹ ਮੇਲਾ ਘੋੜੀਆਂ ਦਾ ਜੇ ਬੰਦੇ ਕਿਸੇ ਬੰਦੇ ਨੇ ਖਰੀਦਦਾਰ ਆਉਂਦਾ ਉੱਥੇ ਉਹਨੇ ਘੋੜੀ ਖਰੀਦਣੀ ਆ, ਬੰਦਾ ਉਹਨੂੰ ਅਗਲਾ ਕਹਿੰਦਾ ਮੈਨੂੰ ਬਾਹਰ ਕੱਢ ਕੇ ਤੋਰ ਕੇ ਕਿੱਥੇ ਤੋਰ ਕੇ ਦਿਖਾਊਗਾ, ਇੱਥੇ ਹੱਥ ਤਿਲ ਸੁੱਟਣ ਜਗ੍ਹਾ ਨਹੀਂ ਮਿਲਦੀ। ਬਿਲਕੁਲ, ਤੇ ਉਹ ਚੀਜ਼ ਆ ਵੀ ਇਹ ਚੀਜ਼ ਤੇ ਨੋ ਐਂਟਰੀ ਹੋਣੀ ਚਾਹੀਦੀ ਵੀ ਕੋਈ ਟਰੈਕਟਰ ਟਰਾਲੀ, ਲੋਕ ਤੇ ਟਰਾਲੇ ਬਾੜੀ ਫਿਰਦੇ ਆ, ਬੰਦੇ ਨੂੰ ਤੁਰਨ ਨੂੰ ਜਗ੍ਹਾ ਨਹੀਂ, ਜਾਮ ਇੰਨਾ ਵੱਡਾ ਟ੍ਰੈਫਿਕ ਹੋ ਜਾਂਦੀ ਆ ਜੀ। ਬਿਲਕੁਲ, ਬਾਕੀ ਬਾਈ ਇੰਨੇ ਦਿਨਾਂ ਤੋਂ ਵੱਜੇ ਜਾਨਵਰ ਨੇ, ਜਾਨਵਰ ਇਹੋ ਜਿਹਾ ਹੈ ਇਹਨੂੰ ਰਾਈਡਿੰਗ ਬਹੁਤ ਜ਼ਰੂਰੀ ਹੈ, ਰਾਈਡਿੰਗ ਕਰੂ ਕਿੱਥੇ ਜੇ ਜਗ੍ਹਾ ਹੀ ਨਹੀਂ ਹੈਗੀ ਬਾਈ? ਹਨਾ ਤੁਰੇ ਫਿਰਦੇ ਨੇ, ਵਿੱਚ ਗੱਡੀਆਂ ਤੁਰੀਆਂ ਫਿਰਦੀਆਂ ਨੇ, ਵਿੱਚ ਜੀਪਾਂ ਤੁਰੀਆਂ ਫਿਰਦੀਆਂ, ਵਿੱਚ ਟਰੈਕਟਰ ਤੁਰੇ ਫਿਰਦੇ, ਐਡੇ ਐਡੇ ਐਂਪਲ ਆਏ ਵੇ, ਜਾਨਵਰ ਡਰਦੇ ਆ, ਲੋਕਾਂ ਦੇ ਸੱਟਾਂ ਵੀ ਵੱਜਦੀਆਂ ਨੇ, ਇੱਕ ਮੁੰਡਾ ਸਾਡੇ ਕੋਲ ਖੜਾ ਉਹਦੇ ਕੱਲ ਉਂਗਲਾਂ ਦੇ ਸੱਟ ਵੱਜੀ ਆ, ਉਹ ਵੱਜੀ ਇਹੀ ਕਾਰਨ ਕਰਕੇ ਆ ਜੀ। ਬਾਕੀ ਐਂ ਆ ਨਾ ਬਈ ਸੁੱਖ ਬਾਈ, ਜੇ ਰੱਬ ਨਾ ਕਰੇ ਇੱਥੇ ਕਦੇ ਕੋਈ ਬੰਦੇ ਨੂੰ ਕੁਛ ਹੋ ਜੇ ਜੀ, ਤੇ ਮੈਨੂੰ ਲੱਗਦਾ ਹੈ ਕਿ ਆਹ ਲੋਕਾਂ ਦੀ ਵਜ੍ਹਾ ਦੇ ਨਾਲ ਜਿਹੜਾ ਫਾਲਤੂ ਦੀ ਭੀੜ ਹੈ ਟਰੈਕਟਰਾਂ ਦੇ ਨਾਲ ਜੀਪਾਂ ਨਾਲ ਗੇੜੀਆਂ ਲਾਉਂਦਿਆਂ ਨੇ ਕੀਤੀ ਹੈ, ਮੈਨੂੰ ਲੱਗਦਾ ਬੰਦਾ ਇੱਥੇ ਹੀ ਮਰ
ਦੋ ਤੋਂ ਢਾਈ ਘੰਟੇ ਮੰਡੀ ਦੇ ਵਿੱਚ ਐਂਟਰੀ ਕਰਨ ਦੇ ਲੱਗਦੇ ਆ, ਲੱਗ ਜਾਂਦੇ ਬਾਈ ਹੈ। ਤੇ ਜਿਹੜਾ ਚੰਗਾ ਬੰਦਾ ਕਈ ਘੋੜੀ ਲੈਣ ਵਾਲਾ ਉਹ ਕਹਿੰਦਾ ਦਫਾ ਕਰ ਯਾਰ, ਆਪਾਂ ਕੀ ਲੈਣਾ ਇਹ ਜੇ ਕੰਮ ਤੋਂ, ਉਹ ਉੱਥੋਂ ਮੁੜ ਜਾਂਦਾ। ਵੀਰੇ ਤੁਸੀਂ ਥੋੜ੍ਹਾ ਖਿਆਲ ਰੱਖੋ, ਜਿਹੜੇ ਨਵੇਂ ਵੀਰ ਆਉਂਦੇ ਆ ਇੱਥੇ, ਤੁਹਾਡਾ ਸ਼ੌਂਕ ਹੈ ਪਰ ਘੋੜਿਆਂ ਵਾਲਿਆਂ ਦਾ ਵੀਰੇ ਕੰਘਾ ਨਾ ਕਰਕੇ ਜਾਓ ਆਪਦੇ ਸ਼ੌਂਕ ਦੇ ਵਿੱਚ ਜੀ। ਤੇ ਵੀਰੇ ਥੋੜ੍ਹਾ ਖਿਆਲ ਰੱਖੋ ਇਹਨਾਂ ਚੀਜ਼ਾਂ ਦਾ ਯਾਰ, ਮਿਊਜ਼ਿਕ ਵਗੈਰਾ ਨੂੰ ਇਗਨੋਰ ਕਰੋ ਆ ਵੱਡੇ ਵੱਡੇ ਸਾਧਨਾਂ ਨੂੰ ਜੀ। ਬਾਕੀ ਬਾਈ ਜੀ ਦੇ ਫਾਦਰ ਸਾਹਿਬ ਨੇ, ਬਾਪੂ ਜੀ ਸਤਿ ਸ਼੍ਰੀ ਅਕਾਲ, ਸਾਡੇ ਵੀ ਫਾਦਰ ਸਾਹਿਬ ਨੇ, ਬਹੁਤ ਬਹੁਤ। ਕਿਵੇਂ ਆ ਬਾਪੂ ਜੀ, ਕਿਵੇਂ ਬਾਪੂ ਜੀ? ਮੈਂ ਨਾ ਕਿਰਪਾ ਜੀ, ਕਿਰਪਾ ਮਾਲਕ। ਬਾਪੂ ਜਦੋਂ ਮਿਲਦਾ ਨਾ ਸਾਨੂੰ ਐ 9x9 ਦੇ ਘੋੜੇ ਵਰਗਾ ਹੀ ਮਿਲਦਾ, ਤੇ ਇਹ ਨਾ ਬੜੀ ਤਗੜੀ ਬਖਸ਼ਿਸ਼ ਹੁੰਦੀ ਹੈ ਹਨਾ ਬਾਈ। ਬਾਪੂ ਜਦੋਂ ਮਿਲਦਾ ਮੈਂ ਇੱਕ ਗੱਲ ਪੁੱਛਦਾ, ਬਾਪੂ ਕਿਵੇਂ ਆ? ਬਾਪੂ ਕਹਿੰਦਾ ਬਾਈ ਬਹੁਤ ਬੇਟਾ, ਬਹੁਤ ਖੁਸ਼ ਹੈ ਵੀ ਮੇਰੀ ਜਿਹੜੀ ਔਲਾਦ ਹੈ ਮੇਰਾ ਬਹੁਤ ਪੱਲਾ ਫੜਦੀ ਹੈ, ਵੀ ਮੈਨੂੰ ਪੂਜਦੀ ਹੈ ਇੱਕ ਹਿਸਾਬ ਦੀ। ਤੇ ਮੈਂ ਕਹਿੰਦਾ ਹੁੰਦਾ ਬਾਪੂ ਇਹ ਤੇਰੇ ਚੰਗੇ ਕੀਤੇ ਕਰਮ ਹੀ ਹੈ, ਤੈਨੂੰ ਪਹਿਲਾਂ ਪੋਤੇ ਇਹੋ ਜਿਹੇ ਮਿਲ ਗਏ, ਬਾਈ ਸੁਖਜਿੰਦਰ ਵਰਗੇ, ਬਾਈ ਛੋਟਾ ਬਾਈ ਜਿਹੜਾ ਆਪਣਾ ਬਰਾੜ ਯਾਦਵਿੰਦਰ ਵਰਗੇ, ਤੇ ਗਾਂ ਪੋਤਾ ਵੀ ਬਾਪੂ ਕਹਿੰਦਾ ਵੀ ਬਹੁਤ ਆਗਿਆਕਾਰੀ ਹੈ ਹਨਾ, ਤੇ ਉਹ ਚੀਜ਼ਾਂ ਵੀ ਕਿਸਮਤ ਨਾਲ ਹੀ ਮਿਲਦੀਆਂ ਹਨਾ ਬਾਈ। ਹਾਂ ਬਿਲਕੁਲ। ਬਾਕੀ ਬਾਈ ਜੀ ਮੈਂ ਸਾਰੇ ਇੱਕ ਵੀਰਾਂ ਨੂੰ ਹੋਰ ਕਹੂੰਗਾ, ਮੈਂ ਤੁਹਾਡੀਆਂ ਪਹਿਲਾਂ ਵਾਲੀਆਂ ਵੀਡੀਓ ਦੇਖਦਾ ਹਨਾ, ਵੀਡੀਓ ਦੇ ਵਿੱਚ ਕਹਿੰਦੇ ਆ ਕਈ ਵੀਰ ਜੀ ਵੀ ਅੰਕਲ ਮੋਟੀ ਖਾਂਦੇ ਲੱਗਦੇ ਆ ਕੋਈ, ਮੈਂ ਕਹਿੰਦਾ ਵੀ ਚਾਹੇ ਫਾਦਰ ਸਾਹਿਬ ਦਾ DNA ਕਰਾ ਲਓ, ਇਹਨਾਂ ਨੇ ਅੱਜ ਤੱਕ ਕਦੇ ਫੀਮ ਪੋਸਟ ਨੂੰ ਟੱਚ ਨਹੀਂ ਕੀਤਾ। ਸ਼ਰਾਬ ਦੀ ਤਾਂ ਆਪਾਂ ਸੌ ਨਹੀਂ ਦਿੰਦੇ, ਉਹ ਤਾਂ ਪੰਜਾਬੀਆਂ ਦਾ ਇੱਕ ਹੈਗੇ ਕੰਮ, ਉਹ ਸ਼ਾਮ ਨੂੰ ਭਾਵੇਂ ਦੋ ਪੈਗ ਲਾ ਲੈਣ ਹਨਾ। ਹਾਂ ਤੇ ਵੀ ਅੱਜ ਤੱਕ ਹੋਰ ਕੋਈ ਉਦਾਂ ਦਾ ਨਸ਼ਾ ਨਹੀਂ, ਕਿਉਂਕਿ ਜਿਹੜਾ ਬੰਦਾ ਖੁਸ਼ ਆ ਨਾ ਦਿਲੋਂ ਉਹ ਬਈ ਵੈਸੇ ਨਸ਼ੇ ਦੀ ਭਰਪੂਰ ਚ ਆ, ਉਹਦੀ ਗੱਲ ਦੇ ਵਿੱਚ, ਉਹਦੀ ਆਵਾਜ਼ ਦੇ ਵਿੱਚ ਵੈਸੀ ਚੜ੍ਹਦੀ ਕਲਾ ਰਹਿਣੀ ਬਾਈ। ਸਾਨੂੰ ਲੋਕ ਕਹਿ ਦਿੰਦੇ ਆ ਵੀ ਇੰਨੀ ਭਕਾਈ ਮਾਰਦੇ ਯਾਰ, ਸਾਨੂੰ ਹੁਣ ਬਾਈ ਜਦੋਂ ਬੋਲਣਾ ਪੈਂਦਾ ਹੈ ਨਾ ਢਿੱਡ ਤੱਕ ਜ਼ੋਰ ਜਾਂਦਾ ਬਾਈ, ਆਂਦਰਾਂ ਇਕੱਠੀਆਂ ਹੋ ਜਾਂਦੀਆਂ, ਤੇ ਇਹ ਕਹਿੰਦੇ ਵੀ ਯਾਰ ਉਦਾਂ ਤੂੰ ਬੋਲਦਾ ਕਿਉਂ, ਤੂੰ ਥੱਲੇ ਕਮੈਂਟ ਲਿਖਣੇ, ਕਈ ਕੋਈ ਕਹਿ ਦਿੰਦਾ ਭੁੱਕੜ ਖਾਂਦਾ, ਕੋਈ ਕਹਿੰਦਾ ਭੀਮ ਖਾਂਦਾ। ਦੋਸਤੋ ਇਹ ਗੱਲ ਨਹੀਂ ਹੁੰਦੀ, ਤੁਹਾਨੂੰ ਇੱਕ ਜਜ਼ਬਾ ਹੈ ਨਾ ਜਿਹੜਾ ਘੋੜਿਆਂ ਪਰ, ਜਦੋਂ ਤੁਸੀਂ ਘੋੜਾ ਰੱਖਿਆ ਨਹੀਂ, ਜਿਹੜੇ ਭਰਾ ਨੇ ਉਹ ਹੀ ਮੇਰੇ ਖਿਆਲ ਕਮੈਂਟ ਕਰੂਗਾ, ਜਿਹੜੇ ਭਰਾ ਨੇ ਘੋੜੇ ਰੱਖੇ ਆ ਬਾਈ, ਉਹਦੇ 'ਚ ਆਟੋਮੈਟਿਕ ਐਨਰਜੀ ਦੂਜੇ ਨੂੰ ਵੱਖਰੀ ਹੁੰਦੀ ਹੈ ਐਨਰਜੀ ਦੀ ਗੱਲ। ਇਹਨਾਂ ਘੋੜਿਆਂ ਦਾ ਹੀ ਨਸ਼ਾ ਬਹੁਤ ਆ ਬਾਈ, ਜਿਹਦੇ ਕਰਕੇ ਅਸੀਂ ਹਰ ਟਾਈਮ ਬਾਗੋ ਬਾਗ ਆ। ਤੜਕੇ ਮੈਂ 6 ਵਜੇ ਦਾ ਉੱਠਿਆ ਤੇ ਸ਼ਾਮ ਦੇ 6 ਵਜੇ ਨੂੰ ਆ ਗਿਆ ਵੀ ਹਜੇ ਵੀ ਚੜ੍ਹਦੀ ਕਲਾਂ 'ਚ ਆਰਾਮ ਨਾਲ 12 ਵੱਜਣਗੇ ਬਾਈ, ਬੁਲੰਦਾ ਹੌਸਲੇ ਆ ਕਿਉਂਕਿ ਉਹ ਇਹਨਾਂ ਦੇ ਕਰਕੇ ਆ ਬਾਈ, ਇਹ ਸਾਡੇ ਇੱਕ ਜ਼ਿੰਦਗੀ ਦਾ ਪਾਰਟ ਆ, ਸਾਡੇ ਘਰ ਦੇ ਜੀ ਆ, ਇਹਨਾਂ ਨੂੰ ਵੇਖ ਕੇ ਹੀ ਖੁਸ਼ ਹੈ ਜੀ, ਤੇ ਨਸ਼ੇ ਦੀ ਤਾਂ ਲੋੜ ਹੀ ਨਹੀਂ। ਸਾਨੂੰ ਇਹ ਗੁਰੂ ਸਾਹਿਬ ਨੇ ਭੇਜੀਆਂ ਤੇ ਗੁਰੂ ਸਾਹਿਬ ਦੀ ਆਗਿਆ ਦੇ ਵਿੱਚ ਰਹਿ ਕੇ ਅਸੀਂ ਇਹਨਾਂ ਦਾ ਪਿਆਰ ਮੋਹ ਕਰਦੇ ਹਾਂ, ਤੇ ਇਹਨਾਂ ਨੇ ਸਾਨੂੰ ਇੰਨਾ ਪਿਆਰ ਦੇਤਾ, ਇੰਨਾ ਹੀ ਪਿਆਰ ਦੇਤਾ, ਮੈਂ 64ਵਾਂ ਲੱਗਣ ਤੇ ਤਿਆਰ ਹੋ ਗਿਆ ਮਹੀਨਾ ਤੱਕ 64 ਸਾਲਾਂ ਦੇ ਅੰਕਲ ਨੇ ਹੋ ਜਾਣਾ, ਤੇ ਹਜੇ 17-18 ਸਾਲ ਮੈਂ ਇੱਦਾਂ ਦਾ ਹੀ ਮਿਲੂੰਗਾ ਤੁਹਾਨੂੰ, ਤੇ ਮਹਾਰਾਜ ਬਖਸ਼ਿਸ਼ ਚਾਹੀਦੀ ਹੈ ਜੀ, ਸਾਡੀ ਆਸ ਤੇ ਅਰਦਾਸ ਹੈ ਜੀ। ਵਾਹਿਗੁਰੂ ਤੁਹਾਡੇ ਸਾਰੇ ਪਰਿਵਾਰ ਨੂੰ, ਸਾਰੇ ਘੋੜਾ ਪ੍ਰੇਮੀਆਂ ਨੂੰ, ਸਾਰੇ ਜਿਹੜੇ ਮੰਡੀ ਦੇ ਵਿੱਚ ਭਰਾ ਆਏ ਨੇ, ਜਾਂ ਕੋਈ ਵੀ ਭਰਾ ਹੈ ਉਹਨੂੰ 9x9 ਹੀ ਰੱਖੇ ਕਰਕੇ, ਜਿਹੜੇ ਭਰਾ ਸਾਡੀ ਸਪੋਰਟ ਵੀ ਕਰਦੇ ਆ ਬਾਈ, ਚੰਗੀ ਜਿਹੜਾ ਕਈ ਵੀ ਭਰਾ ਮਿਹਨਤ ਕਰਦਾ ਉਹਨੂੰ ਭਰਵਾਂ ਹੰਗਾਰਾ ਦਿੰਦੇ ਆ ਨਾ, ਅਤੇ ਉਹਦੇ ਵਰਗੀ ਜਿਹੜੀ ਸਾਡੀ ਦਿਲੋਂ ਰੂਹ ਤੋਂ ਜਿਹੜੀ ਦੁਆ ਨਿਕਲਦੀ ਹੈ ਉਹ ਬਾਈ ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਬਾਕੀ ਕਿਵੇਂ ਲੱਗੀ ਵੀਡੀਓ, ਕਿਵੇਂ ਲੱਗੀਆਂ ਬਾਈ ਜੀ ਦੀਆਂ ਘੋੜੀਆਂ? ਚੰਗੀ ਲੱਗੀਆਂ ਤਾਂ ਬਾਈ ਨੂੰ ਕਰ ਲਿਓ ਫੋਨ, ਅਤੇ ਤੁਹਾਡਾ ਸ਼ਾਇਦ ਹੋ ਸਕਦਾ ਵੀ ਇਹ ਘਰ ਦਾ ਸ਼ਿੰਗਾਰ ਬਣ ਜਾਣ, ਕਿੱਲੇ ਦਾ ਸ਼ਿੰਗਾਰ ਬਣ ਜਾਣ, ਤੁਹਾਡੀ ਖੁਰਨੀ 'ਤੇ ਆ ਕੇ ਖੜ੍ਹ ਜਾਣ, ਇਸ ਕਰਕੇ ਤੁਹਾਨੂੰ ਫੋਨ ਜ਼ਰੂਰ ਕਰਨਾ ਪਊਗਾ ਬਾਈ ਨੂੰ। ਅਤੇ ਬਾਈ ਹੋਰ ਕੋਈ ਗੱਲਬਾਤ ਨਹੀਂ ਕਰਨੀ? ਬਸ ਬਾਈ ਜੀ ਮਿਹਰਬਾਨੀ ਜੀ, ਹਾਂ ਓਕੇ ਹੈ ਜੀ, ਬਸ ਥੈਂਕ ਯੂ ਬਾਈ ਜੀ। ਅਤੇ ਬਾਕੀ ਸੱਜਣੋ ਮਿਲਦੇ ਹਾਂ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ, ਬਹੁਤ ਬਹੁਤ ਧੰਨਵਾਦ, ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ, ਅਤੇ ਬਾਕੀ ਬਾਈਆਂ ਦੇ ਵਿਚਾਰ ਜਿਹੜੇ ਦਿੱਤੇ ਨੇ ਉਹ 'ਤੇ ਜ਼ਰੂਰ ਇੱਕ ਵਾਰੀ ਮੇਰੇ ਭਰਾ ਸੋਚਣ ਦੀ ਲੋੜ ਹੈ। ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ, ਸ਼ਾਬਾ ਖੈਰ, ਸਤਿ ਸ਼੍ਰੀ ਅਕਾਲ, ਜਿਉਂਦੇ ਵਸਦੇ ਰਹੋ, ਧੰਨਵਾਦ।